वही भेजिए सर। हाँ भिजवा दी सर। बंद तो नहीं करनी ना हो जाएगी। देखो हजे तक कोई भी मंग जिहड़ी उह पूरी नहीं। मंग तां की आ वी उह कम शुरू करो। कम तां शुरू कर देणगे पर नाल उहदा विश्वास दिवाउणा पवेगा नैशनल हाईवे अथॉरिटी वालिआं नूं आ पा के ते सोमा कंपनी नूं। इह कंपनी वाले तां फिर रहे ने क्योंकि इहनां दा टोल बंद हो रिहा। नैशनल हाईवे जिन्ना चिर इह दोनों नहीं आउंदे, दोनों आ के इह गल नहीं कहिंदे वी आ भाई असीं कम शुरू करता, आ साडी टाइमलाइन आ, इन्ने चिर असीं कम कंप्लीट करांगे, ते उन्ना चिर असीं इत्थे बैठे हाँ। चाहे इहनूं कुछ वी इह समझण, चाहे परचे दर्ज करवाउण, एफ आई आर दर्ज करवाउण, ओह इहनां दी मर्जी आ। चाहे कहण साडा भन्नता तोड़ता, पर लोकां नूं पैसा उन्ना चिर नहीं देण देणा जिन्ना चिर कम नहीं शुरू हुंदा। नहीं देखो सारे एन जी ओज जिहड़ियां जथेबंदियां है, जिहड़े संगठन ने आ हुणी फलौर तो सारे आके गए ने इकट्ठे हो के, एन जी ओ आके लुधियाने तो मैसेज भेज रहे हैं, पर हजे असी सारियां नूं कहा भी थोड़ा रोक के क्योंकि इस ट्रैफिक आ, इत्थे गड्डियां जदों खड़दियां सड़क डिस्टर्ब हुंदी आ। कल असी देखिया जदों हज़ारां दी गिणती वर्कर आया, तो हुण मेन लीडरशिप आ जिहड़ी उह इस वेले मौजूद आ। जे लोकां नूं बुलाउण दी संगठनां नूं बुलाउण दी लोड़ पएगी तो फिर उह स्टैप भी लवांगे, पर हजे सब नूं कहा है भी अपने अपने जगह पर रह के अपनी अपनी सपोर्ट जिहड़ी आ उह जाहिर करो, पर उरे ट्रैफिक ना जाम होवे, उरे कोई अवस्था ना हिले, उहदे करके सारियां नूं रोकिया है। ਇਹ ਗੱਲ ਵੀ ਸਾਹਮਣੇ ਆਈ ਆ ਵੀ ਇਹ ਸਾਰੇ ਹਿੰਦੁਸਤਾਨ 'ਚ ਦੋ ਟੋਲ ਨੇ, ਇੱਕ ਹੋਰ ਆ ਕੋਈ ਕਿਤੇ ਜਿਹੜੇ ਸਭ ਤੋਂ ਮਹਿੰਗੇ ਟੋਲ ਨੇ, ਅਤੇ ਇਹਦੇ ਬਾਰੇ ਵੀ ਆਉਣ ਵਾਲੇ ਦਿਨਾਂ 'ਚ ਇਹਦਾ ਕੇਸ ਸਟੱਡੀ ਕਰਕੇ ਵੀ ਕੀ ਇਹਦੇ ਪਿੱਛੇ ਕਾਰਨ ਨੇ, ਕਿਉਂ ਇਹ ਮਹਿੰਗਾ ਏ, ਕੀ ਇਹਦੇ ਪਿੱਛੇ ਕੋਈ ਐਗਰੀਮੈਂਟ ਨੇ, ਕੀ ਨੇ, ਉਹ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਸਮਝ ਕੇ ਜਿਹੜੇ ਸਾਡੇ ਮਾਹਰ ਨੇ ਉਹਨਾਂ ਨੂੰ ਲਾ ਕੇ ਫਿਰ ਇਹ ਇਸ਼ੂ ਵੀ ਜਿਹੜਾ, ਬਿਲਕੁਲ ਤੁਹਾਡੀ ਗੱਲ ਠੀਕ ਆ, ਇੰਨਾ ਵੱਡਾ ਜਿਹੜਾ ਵੱਡੀ ਜਿਹੜੀ ਪੈਸੇ ਦੀ ਇਨਵੋਲਵਮੈਂਟ ਹੈ ਇਹਦੇ ਵਿੱਚ, ਇਹਦੇ ਬਾਰੇ ਵੀ ਜ਼ਰੂਰ ਇਸ਼ੂ ਹੈ ਜਿਹੜਾ ਉਹ ਚੱਕਿਆ ਜਾਏਗਾ। ਮੇਰੀ ਤਾਂ ਅੱਜ ਵੀ ਬੇਨਤੀ ਆ ਵੀ ਇਹ ਚੀਜ਼ਾਂ ਨੂੰ ਸੀਰੀਅਸ ਲਿਆ ਕਰਨ, ਇਹਨਾਂ ਨੂੰ ਸਟੰਟ ਨਾ ਸਮਝਣ, ਉਰੇ ਆ ਕੇ ਆਪ ਉਹ ਵੀ ਲੋਕਾਂ ਦੇ ਸੰਘਰਸ਼, ਲੋਕਾਂ ਦੀ ਲੜਾਈ ਦੇ ਵਿੱਚ ਸ਼ਾਮਿਲ ਹੋਣ, ਉਹਨਾਂ ਨੂੰ ਵੀ ਜ਼ਰੂਰ ਯੋਗਦਾਨ ਪਾਉਣਾ ਚਾਹੀਦਾ। ਜੇ ਅਸੀਂ ਲੋਕਾਂ ਦੇ ਇਸ਼ੂ ਨੂੰ ਸਟੰਟ ਕਵਾਂਗੇ ਤਾਂ ਫਿਰ ਲੋਕ ਵੀ ਸਾਡੇ 'ਤੇ ਵਿਸ਼ਵਾਸ ਨਹੀਂ ਕਰਨਗੇ, ਲੋਕ ਵੀ ਉਹ ਪਾਰਟੀਆਂ 'ਤੇ ਵਿਸ਼ਵਾਸ ਨਹੀਂ ਕਰਨਗੇ ਜਿਹੜੇ ਲੋਕ ਮੁੱਦਿਆਂ ਨੂੰ, ਲੋਕਾਂ ਦੇ ਇਸ਼ੂਜ਼ ਨੂੰ ਸਟੰਟ ਕਹਿਣਗੇ। ਅਤੇ ਇਸ ਕਰਕੇ ਮੈਂ ਸਮਝਦਾ ਉਹਨਾਂ ਨੂੰ ਵੀ ਇਸ ਯੱਗ ਦੇ ਵਿੱਚ ਆਪਣਾ ਯੋਗਦਾਨ, ਹਿੱਸਾ ਜਿਹੜਾ ਅਕਾਲੀ ਦਲ ਬੀਜੇਪੀ ਨੂੰ ਪਾਉਣਾ ਚਾਹੀਦਾ, ਨਹੀਂ ਜਾ ਕੇ ਗਡਕਰੀ ਸਾਹਿਬ ਨੂੰ ਮਨਾਉਣਾ ਚਾਹੀਦਾ ਵੀ ਆਹ ਟੋਲ ਬੰਦ ਕਰੋ ਜੀ ਜਾਂ ਸਾਡੇ ਕੰਮ ਕਰੋ। ਦੋ ਗੱਲਾਂ ਨਹੀਂ ਚੱਲਣਗੀਆਂ, ਇੱਕ ਪਾਸੇ ਸਟੰਟ ਦੱਸਦੇ ਆ, ਇੱਕ ਪਾਸੇ ਲੋਕਾਂ ਨੂੰ ਲੁੱਟਦੇ ਆ, ਇਹ ਦੋ ਚੀਜ਼ਾਂ ਨਹੀਂ। ਇਹ ਪੈਸਾ ਜਾ ਕਿੱਥੇ ਰਿਹਾ 50 ਲੱਖ ਰੁਪਈਆ? ਇਹ ਦਿੱਲੀ ਤੱਕ ਕਿਹਦੇ ਕੋਲ ਜਾ ਰਿਹਾ 50 ਲੱਖ ਰੁਪਈਆ ਰੋਜ਼ ਦੀ ਕਲੈਕਸ਼ਨ ਕੰਮ ਬਗੈਰ ਕੀਤੇ? ਅਤੇ ਇਸ ਕਰਕੇ ਇਹਦਾ ਵੀ ਚਾਨਣ ਪਾਉਣ ਜਿਹੜੇ ਸਟੰਟ ਕਹਿੰਦੇ ਆ ਇਹਨੂੰ। ਦੇਖੋ ਜੋ ਸਾਨੂੰ ਮੈਨੂੰ ਮੀਡੀਆ ਤੋਂ ਪਤਾ ਲੱਗਿਆ ਵੀ ਇੱਕ ਜਿਹੜਾ ਛੋਟਾ ਸ਼ੀਸ਼ਾ ਹੈ ਉਹ ਇੱਕ ਜਗ੍ਹਾ ਦਾ ਟੁੱਟਿਆ ਹੈ, ਕਿਉਂਕਿ ਜਦੋਂ ਹਜ਼ਾਰਾਂ ਦੀ ਗਿਣਤੀ 'ਚ ਐਡਾ ਵੱਡਾ ਰਸ਼, ਐਡੀ ਵੱਡਾ ਹਜੂਮ ਆ ਜਿਹੜਾ ਜਾਂਦਾ ਹੈ, ਉਹ ਕਿਤੇ ਨਾ ਕਿਤੇ ਜਦੋਂ ਧੱਕਾ ਲੱਗਦਾ, ਕਿਉਂਕਿ ਮੂਹਰੇ ਪੁਲਿਸ ਖੜ੍ਹੀ ਸੀ, ਉਹ ਜ਼ਰੂਰ ਕਿਸੇ ਦੀ ਬਾਂਹ, ਕਿਸੇ ਦਾ ਹੱਥ, ਕੋਈ ਚੀਜ਼ ਲੱਗ ਸਕਦੀ ਹੈ ਜਿਹਦੇ ਨਾਲ ਛੋਟਾ ਜਿਹਾ ਸ਼ੀਸ਼ਾ ਹੈ ਜਿਹੜਾ ਇੱਕ ਟੁੱਟਿਆ ਹੈ, ਜਿਹਨੂੰ ਮੈਂ ਸਮਝਦਾ ਕਿਉਂਕਿ ਕੁਦਰਤੀ ਗੱਲ ਹੁੰਦੀ ਹੈ, ਕੰਪਨੀ ਵਾਲਿਆਂ ਨੇ ਵੀ ਕੋਈ ਨਾ ਕੋਈ ਇਸ਼ੂ ਬਣਾਉਣਾ ਹੁੰਦਾ ਆਪਣਾ, ਉਹ ਇਸ਼ੂ ਆ ਜਿਹੜਾ ਉਹ ਇੱਕ ਛੋਟੇ ਸ਼ੀਸ਼ੇ ਟੁੱਟੇ ਦਾ ਜ਼ਰੂਰ ਬਣਾ ਰਹੇ ਆ। Thank you.